6 ਲੱਖ ਰੁਪਏ ਦੀ ਰੇਟ ਦੇ ਰੇਂਜ ਦੇ ਵਿੱਚ ਕਾਰ ਹੈ ਵੀਰੇ, ਮਾੜਾ ਮੋਟਾ ਮੌਕੇ ਤੇ ਨੈਗੋਸ਼ੀਏਬਲ ਪ੍ਰਾਈਸ ਨੇ ਕਰ ਲਓ। 6 ਲੱਖ ਰੁਪਈਆ ਦੀ ਫੋਰਚੂਨਰ ਬਾਈ, 2013 ਮਾਡਲ ਕਾਰ ਹੈ ਜੀ, ਰਜਿਸਟਰਡ 2014 ਆ ਤੇ ਚੰਡੀਗੜ੍ਹ ਨੰਬਰ ਹੈ ਕਾਰ, ਇਹ ਵੀ ਫਸਟ ਓਨਰ ਹੈ, ਅਲੋਏ ਟਾਇਰ ਐਕਸਟਰਾ ਲੱਗੇ ਹੋਏ ਆ। 2,85,000 ਰੁਪਏ ਦੀ ਕਾਰ ਲੈ ਦੇਵਾਂਗੇ, ਜਿਹੜੇ ਮੇਰੇ ਭਰਾ ਦਾ ਸਿਬਲ ਸੁਬਲ ਵਧੀਆ ਆ, ਲੈਣ ਦੇਣ ਮਾੜਾ ਮੋਟਾ ਬੈਂਕ ਨਾਲ ਕਰਦਾ ਆ, 100% ਹੀ ਲੋਨ ਕਰ ਦੇਵਾਂਗੇ। ਜਿਪਸੀ ਬਾਈ ਪਹਾੜਾ ਦੀ 2005 ਮਾਡਲ ਕਾਰ ਹੈ ਜੀ, 35 ਤੱਕ ਪਾਸ ਹੈ ਤੇ 4x4 ਹੈ, ਏਸੀ ਹੈ, ਨਵੇਂ ਟਾਇਰ ਨੇ ਕਾਰ ਦੇ। ਰੇਟ ਜਿਹੜੀਆਂ ਵੀ ਤੁਹਾਨੂੰ ਆਪਾਂ ਕਾਰਾਂ ਕਾਊਂਟਰ ਤੇ ਦਿਖਾ ਰਹੇ ਹਾਂ, ਹਰੇਕ ਕਾਰ ਦੀ ਵੀਰੇ ਐਕਸੀਡੈਂਟ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੋਏਗੀ। ਇਹ ਓਡੀ A4 ਹੈ ਵੀਰੇ, ਵੀਰੇ ਨਵੀਂ ਸ਼ੇਪ ਦੀ ਕਾਰ ਹੈ, ਇਹ 2 ਕੰਮ ਕਰਦੀ ਹੈ ਵੀਰੇ, ਚਾਹੇ ਤਾਂ ਤੁਸੀਂ ਸ਼ੌਂਕ ਲਈ ਹੋ, ਚਾਹੇ ਕਾਰ ਦੇ ਨਾਲ ਕਰੋ ਕੋਈ ਕੰਮ ਕਾਰ ਜਿਵੇਂ ਕਿ ਵੇਡਿੰਗ ਕਾਰ ਦਾ ਕੰਮ। ਰੇਟ 6,25,000 ਦੀ ਰੇਂਜ ਦੇ ਵਿੱਚ ਕਾਰ ਹੈ ਵੀਰੇ, ਚੰਡੀਗੜ੍ਹ ਨੰਬਰ, ਵਾਈਟ ਗੁੱਡ ਕੰਡੀਸ਼ਨ ਦੀ ਕਾਰ, 7,25,000 ਦੀ, 19 ਮਾਡਲ ਹੈ, ਪੈਟਰੋਲ ਹੈ, ਗੁੱਡ ਕੰਡੀਸ਼ਨ ਕਾਰ ਹੈ ਵੀਰੇ, 5.5 ਲੱਖ ਰੁਪਏ ਦੀ ਰੇਂਜ ਦੇ। 1,00,000 ਦੇ ਕੇ ਕਰ ਦੇ ਦੋਗੇ? ਕਰ ਦੇਵਾਂਗੇ ਲੋਨ, ਬਾਕੀ ਲੈ ਮਿੱਤਰ 1,00,000 ਲਿਆਓ ਤੇ ਆਹ ਕਾਰ ਤੁਸੀਂ ਲਿਜਾ ਸਕਦੇ ਹੋ, ਬਾਕੀ ਸਾਰਾ ਲੋਨ ਹੋਜੂ ਤੇ ਤੁਹਾਡਾ ਸਿਬਲ ਵਧੀਆ ਹੋਣਾ ਚਾਹੀਦਾ। ਬਿਲਕੁਲ ਜੀ, 16 ਮਾਡਲ ਹੈ ਜੀ, 3.2 ਹੈ, ਗੁੱਡ ਕੰਡੀਸ਼ਨ ਦੀ ਕਾਰ ਹੈ ਜੀ, ਕਾਰ ਆਟੋਮੈਟਿਕ 4x4 ਹੈ ਤੇ 22 ਲੱਖ ਦੀ ਰੇਂਜ ਦੇ ਵਿੱਚ ਕਾਰ ਹੈ ਜੀ। ਲਓ ਬਈ, ਪੂਰਾ ਪਰਿਵਾਰ ਹੀ ਆ ਬਈ, ਹਨਾ, ਜੇ ਕਿਸੇ ਦੇ ਖਾਤੇ 'ਚ ਹੈਗੇ ਨੇ ਇੰਨੇ ਕੁ ਪੈਸੇ ਬਈ, ਆਹਲੀ ਕਾਰ ਤੁਸੀਂ ਲੈ ਕੇ ਜਾ ਸਕਦੇ ਹੋ, ਚਾਹੇ ਡਾਊਨ ਪੇਮੈਂਟ ਵੀ ਹੈ ਵੀਰੇ ਉਹਦੇ ਨਾਲ ਵੀ ਸਾਰ ਦੇਵਾਂਗੇ, ਬਾਕੀ ਤਾਂ ਕਰ ਦੇਵਾਂਗੇ ਕਾਰ ਦੇ ਉੱਪਰ। 5-7 ਲੱਖ ਰੁਪਏ ਦੇ ਕੇ ਤੁਸੀਂ ਆਹਲੀ ਕਾਰ ਲਿਜਾ ਸਕਦੇ ਹੋ ਬਈ, ਸਿਰਫ 5-7 ਲੱਖ ਰੁਪਏ 'ਚ। ਹਾਂਜੀ ਬਈ, 1.5 ਤੋਂ 2 ਮਹੀਨੇ ਹੋ ਗਏ ਆਪਾਂ ਅੱਜ ਵਲੌਗ ਲੈ ਕੇ ਆਏ ਬਈ, ਹਨਾ, ਪੂਰਾ ਫੁੱਲ ਵੀਡੀਓ ਦਾ। ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ, ਹੁਣ ਰੇਟ ਸੁਣ ਕੇ ਜਾਇਓ, ਸਾਰੀਆਂ ਕਾਰਾਂ ਦੇ ਪੂਰੇ ਸਿਰਾ ਰੇਟ ਰਹਿਣਗੇ ਬਈ, ਨੰਬਰ ਸਕਰੀਨ 'ਤੇ ਪਾ ਤੇ ਖੜੇ ਆਪਾਂ, GM ਆਟੋ ਸੇਲਸ ਮੋਹਾਲੀ ਦੇ, ਸੈਕਟਰ ਕਿੰਨਾ ਵੀਰੇ? ਸੈਕਟਰ 68 ਮੋਹਾਲੀ, ਮੋਹਾਲੀ ਬਈ, ਅਤੇ ਨੀਅਰ ਫੋਰੈਸਟ ਕੰਪਲੈਕਸ ਆ ਬਈ, ਹਨਾ, ਆਹ ਦੇਖੋ ਇੱਧਰ ਉਹਰੇ ਗੁੰਬਦ ਜੇ ਬਣੇ ਹੋਏ ਨੇ, ਠੀਕ ਹੈ, ਇੱਥੇ ਆ ਜਾਓ ਬਸ ਜੀ, ਆਪ ਹੀ ਲੈ ਜਾਣਗੇ ਬਾਈ ਹੋਰੀ। ਬਿਲਕੁਲ ਜੀ, ਪਹਿਲੀ ਕਾਰ ਵੀਰੇ 2010 ਮਾਡਲ ਹੈ ਜੀ ਕਾਰ, ਮੈਨੂਅਲ 4x4 ਹੈ ਤੇ ਪੰਚਕੂਲੇ ਦਾ ਨੰਬਰ ਹੈ 00012, ਠੀਕ ਹੈ, ਨਵੀਂ ਸ਼ੇਪ ਵੀਰੇ ਕਾਰ ਬਣਾਈ ਹੋਈ ਹੈ, ਅਲੋਏ ਜਿਹੜੇ ਪਏ ਹੋਏ ਆ, ਕੰਪਨੀ ਜਿਹੜੇ ਹੁਣ ਆ ਰਹੇ ਨੇ ਨਵੀਂ ਸ਼ੇਪ ਵਾਲੀ ਫੋਰਚੂਨਰ ਦੇ, ਉਹਦੇ ਵਾਲੇ ਅਲੋਏ ਨੇ। ਅੰਦਰੋਂ ਦਿਖਾ ਦੇ ਗੁਰਪ੍ਰੀਤ ਬਾਈ ਕਾਰ, ਅੰਦਰੋਂ ਕਾਰ ਚੈੱਕ ਕਰੋ, ਅੰਦਰੋਂ ਕਾਰ ਹੈਗੀ ਆ ਸੋਹਣੀ, ਰੈਟੋ ਰੇਟ ਕਾਰ ਦੇ ਦਾਂਗੇ ਬਾਈ, ਬਿਲਕੁਲ ਜੈਨੂਨ ਰੇਟ ਦੇ ਦਾਂਗੇ, ਠੀਕ ਹੈ, ਅਤੇ ਬਈ ਨੰਬਰ ਸਕਰੀਨ 'ਤੇ ਪਾਏ ਹੋਏ ਨੇ, ਜਲਦੀ ਕਾਰ ਲੈ ਲਓ, ਜੇ ਕਿਸੇ ਨੇ ਕਾਰ ਲੈਣੀ ਘੱਟ ਪੈ, ਜਿਹਨੇ ਸ਼ੌਂਕ ਪੂਰਾ ਕਰਨਾ ਬਈ, ਹਨਾ, ਉਹਨਾਂ ਵਾਸਤੇ ਕਾਰ ਹੈ ਤੇ ਬਾਕੀ ਉਸ ਤੋਂ ਬਾਅਦ ਚਾਹੇ ਆਪਣੀ ਨਵੀਂ ਲੈ ਲਓ। 6 ਲੱਖ ਰੁਪਏ ਦੀ ਰੇਟ ਦੇ ਰੇਂਜ ਦੇ ਵਿੱਚ ਕਾਰ ਹੈ ਵੀਰੇ, ਮਾੜਾ ਮੋਟਾ ਮੌਕੇ ਤੇ ਨੈਗੋਸ਼ੀਏਬਲ ਪ੍ਰਾਈਸ ਨੇ। 6.5 ਲੱਖ ਰੁਪਈਆਂ ਦੀ ਫੋਰਚੂਨਰ ਬਾਈ, ਮੌਕੇ ਤੇ ਕੁਛ ਹੋਊਗਾ? ਕਰ ਲਵਾਂਗੇ ਵੀਰੇ, ਬਿਲਕੁਲ, ਠੀਕ ਹੈ, ਅਤੇ ਬਾਈ ਲੋਨ ਤਾਂ ਨਹੀਂ ਹੁੰਦੇ ਤੁਸੀਂ? ਲੋਨ ਵੀਰੇ ਕਰ ਦਾਂਗੇ 2 ਸਾਲ ਵਾਸਤੇ, 2 ਸਾਲ ਵਾਸਤੇ, ਠੀਕ ਹੈ। ਆਹ ਵੀਰੇ ਇਹ 2012 ਮਾਡਲ ਹੈ ਜੀ ਕਾਰ, ਇਹ ਕਾਰ ਗੁੱਡ ਕੰਡੀਸ਼ਨ ਹੈ ਵੀਰੇ, 3,90,000 ਦੀ ਰੇਂਜ ਦੇ ਵਿੱਚ ਕਾਰ ਹੈ, 2012 ਮਾਡਲ, ਡੀਜ਼ਲ ਵੈਰੀਐਂਟ ਹੈ, ਚੰਡੀਗੜ੍ਹ ਨੰਬਰ ਹੈ ਜੀ ਕਾਰ, ਫਸਟ ਓਨਰ ਹੈ, ਕੰਪਨੀ ਅਲੋਏ ਨੇ। ਲਓ ਵੀ ਮਿੱਤਰੋ, ਵਰਨਾ ਕਾਰ ਹੈਗੀ, ਸਿਰਫ 3,90,000 ਰੁਪਏ ਦੀ ਕਾਰ ਹੈ ਤੇ 1,00,000 ਦੇ ਕੇ ਲੋਨ ਕਰਾ ਦਾਂਗੇ ਬਾਈ, ਬਿਲਕੁਲ ਹੋ ਜੂਗਾ, ਠੀਕ ਹੈ, ਜਲਦੀ ਆਇਓ ਬਾਈ, ਜੇ ਕਿਸੇ ਨੇ ਕਾਰ ਲੈਣੀ ਹੈ ਬਾਈ, ਤੇ ਆਹ ਡੀਜ਼ਲ ਦੀ ਕਾਰ ਹੈ ਵੀ ਰੇਟ ਵੱਡੀ। ਹਾਂਜੀ, 2013 ਮਾਡਲ ਕਾਰ ਹੈ ਜੀ, ਰਜਿਸਟਰਡ 2014 ਆ ਤੇ ਚੰਡੀਗੜ੍ਹ ਨੰਬਰ ਹੈ ਕਾਰ, ਇਹ ਵੀ ਫਸਟ ਓਨਰ ਹੈ, ਅਲੋਏ ਟਾਇਰ ਐਕਸਟਰਾ ਲੱਗੇ ਹੋਏ ਆ। 2,85,000 ਰੁਪਏ ਦੀ ਕਾਰ ਲੈ ਦੇਵਾਂਗੇ, ਜਿਹੜੇ ਮੇਰੇ ਭਰਾ ਦਾ ਸਿਬਲ ਸੁਬਲ ਵਧੀਆ ਆ, ਲੈਣ ਦੇਣ ਮਾੜਾ ਮੋਟਾ ਬੈਂਕ ਨਾਲ ਕਰਦਾ ਆ, 100% ਹੀ ਲੋਨ ਕਰ ਦੇਵਾਂਗੇ। 100% ਬਈ ਆਹ ਵਾਲੀ ਕਾਰ ਤੇ ਲੋਨ ਹੋ ਸਕਦਾ, i20 ਤੇ ਡੀਜ਼ਲ ਦੀ ਕਾਰ ਹੈ, ਅਲਾਏ ਵਗੈਰਾ ਕਾਰ ਚ ਜਿਹੜੇ ਲੱਗੇ ਹੋਏ ਨੇ ਬਈ, ਹਨਾ, ਤੇ ਅਗਲੀ ਕਾਰ ਤੁਹਾਨੂੰ ਆਪਾਂ ਦੇ ਰਹੇ ਡਿਜ਼ਾਇਰ। ਹਾਂਜੀ, ਆ ਜਾਓ ਬਈ, ਆਹ ਵਾਲੀ ਕਾਰ ਵੀ ਨਵੀਂ ਨਕੋਰ ਕਾਰ ਹੈਗੀ, ਤੇ ਜੇ ਕਿਸੇ ਭਰਾ ਨੇ ਲੈਣੀ ਆ ਪੈਟਰੋਲ ਦੀ ਕਾਰ, ਜਿਹੜਾ ਕਹਿੰਦਾ ਵੀ ਅਸੀਂ ਯਾਰ ਘੱਟ ਚਲਾਵਾ ਸਾਡਾ, ਹਨਾ, ਤਾਂ ਸਾਨੂੰ ਇਹੋ ਜਿਹੀ ਕਾਰ ਮਿਲ ਜੇ ਤਾਂ ਆਹ ਵਾਲੀ ਕਾਰ ਤੁਸੀਂ ਬਾਏ ਕਰ। 2022 ਮਾਡਲ ਕਾਰ ਹੈ ਜੀ, VXI ਵੈਰੀਐਂਟ ਹੈ,
ਕੰਪਨੀ ਸਟੀਰੀਓ ਸਿਸਟਮ ਹੈ, ਗੁੱਡ ਕੰਡੀਸ਼ਨ ਦੀ ਕਾਰ ਹੈ, 6.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਕਾਰ ਹੈ। 6.5 ਲੱਖ ਰੁਪਈਆਂ ਦੀ ਲੋਨ ਕਿੰਨਾ ਕੁ ਹੋਜੂ ਵੀਰੇ? ਇਹਦੇ ਉੱਪਰ ਕਰ ਦੇਵਾਂਗੇ 5.5 ਲੱਖ ਰੁਪਏ। 5.5 ਲੱਖ ਦਾ ਆਲੀ ਸਵਿਫਟ ਮਾਡਲ 2009 ਮਾਡਲ ਹੈ ਵੀਰੇ, 1,90,000 ਦੀ ਰੇਂਜ ਦੇ ਵਿੱਚ। 9 ਮਾਡਲ ਬਈ, 1,90,000 ਪੈਟਰੋਲ ਹੈ ਡੀਜ਼ਲ? ਪੈਟਰੋਲ ਹੈ ਜੀ, ਜ਼ੈਡ-ਐਕਸ ਹੈ ਜੀ ਪਲੱਸ ਵੈਰੀਐਂਟ। ਸੀਐਨਜੀ ਤਾਂ ਨਹੀਂ ਤੇ ਲੱਗੀ ਹੋਈ? ਨਹੀਂ ਵੀਰੇ, ਸੀਐਨਜੀ ਲੱਗੀ ਹੋਈ ਹੈ ਜੀ। ਲੱਗੀ ਹੋਈ ਹੈ? ਹਾਂਜੀ ਹਾਂਜੀ, ਠੀਕ ਹੈ ਬਈ। ਆਹ ਐਕਸਯੂਵੀ, ਐਕਸਯੂਵੀ 2016 ਮਾਡਲ ਹੈ ਜੀ, W10 ਹੈ, ਵਿਦ ਸਨਰੂਫ ਹੈ, ਆਟੋਮੈਟਿਕ ਹੈ, 50 ਨੰਬਰ ਕਾਰ ਹੈ ਜੀ। ਠੀਕ ਹੈ, ਤੇ 8 ਲੱਖ ਦੀ ਰੇਂਜ ਦੇ ਵਿੱਚ ਕਾਰ ਹੈ ਜੀ। 8 ਲੱਖ ਰੁਪਈਆ ਜੀ? ਬਿਲਕੁਲ ਘਟੋਗੇ ਮਾੜਾ ਮੋਟਾ? ਬਿੱਲ ਆਸਟ੍ਰੇਲੀਆ ਹੀ ਬੋਲਿਆ, 8.5 ਡਿਮਾਂਡ ਕਰਦੇ ਹਾਂ। 8 ਲੱਖ ਰੁਪਇਆ ਮਾੜਾ ਮੋਟਾ ਮੌਕੇ ਦੇਖ ਲਵਾਂਗੇ, ਮਾੜਾ ਮੋਟਾ ਵੀ ਮੌਕੇ 'ਤੇ ਹੋਜੂ, 5-7 ਜਿਹੜਾ ਵੀ ਹੋਣਾ। ਠੀਕ ਹੈ, ਤੁਰ ਵੀ ਅੰਦਰੋਂ ਦਿਖਾ ਦੇ ਇੱਕ ਵਾਰ ਬਾਈ, ਅੰਦਰੋਂ ਕਾਰ ਸੋਹਣੀ ਹੈ, ਸਾਨੂੰ ਕਾਰ 'ਚ ਲੱਗਿਆ W10 ਹੈ ਨਾ, ਅਤੇ ਲੋਨ ਕਿੰਨਾ ਹੋਜੂ ਬਾਈ ਇਹਦੇ 'ਤੇ? ਇਹਦੇ ਉੱਪਰ ਕਰ ਦੇਵਾਂਗੇ ਜੀ ਆਪਾਂ 7.5 ਲੱਖ ਦਾ, 7 ਤੋਂ 7.5 ਲੱਖ ਦਾ ਲੋਨ। ਠੀਕ ਹੈ, 7-7.5 ਲੱਖ ਦਾ ਲੋਨ ਹੋਜੂ ਬਾਈ। ਅਤੇ ਉਸ ਤੋਂ ਬਾਅਦ ਅਗਲੀ ਕਾਰ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ, ਇਨੋਵਾ ਕਾਰ ਹੈਗੀ, ਆਹ ਵਾਲੀ 83-83 PV 11 ਨੰਬਰ ਦੀ ਮਾਡਲ ਵੀਰੇ, 2015 ਮਾਡਲ ਹੈ ਜੀ, Euro 4 ਵੈਰੀਐਂਟ ਹੈ ਜੀ। ਇਹ ਜੰਮੂ ਦੇ ਵਿੱਚ ਵੀ ਰਜਿਸਟਰਡ ਹੋ ਸਕਦੀ, ਜਿੱਥੇ ਵੀ ਕਿਤੇ ਅਦਰ ਸਟੇਟ ਕਰਾਉਣੀ ਹੈ ਜਿੱਥੇ ਮਰਜ਼ੀ ਰਜਿਸਟਰਡ ਕਰਾ ਲਓ। Euro 4 ਦਾ Euro 3 ਤੇ Euro 4 'ਚ ਫਰਕ ਹੈ, ਜਦੋਂ ਜੰਮੂ ਕਾਰ ਜਾਂਦੀ ਹੈ ਉੱਥੇ Euro 3 ਰਜਿਸਟਰਡ ਨਹੀਂ ਹੁੰਦੀ, Euro 4 ਰਜਿਸਟਰਡ ਹੁੰਦੀ ਹੈ, Euro 4 ਹੈ ਜੀ ਕਾਰ। ਓਕੇ, ਲਓ ਬਈ ਆਹ ਵਾਲੀ ਕਾਰ ਤੁਸੀਂ ਲੈ ਕੇ ਜਾ ਸਕਦੇ ਹੋ ਬਾਈ, ਹੈ ਨਾ? ਹਾਂਜੀ ਹਾਂਜੀ, ਉਹ ਐਂਡੈਵਰ ਐਂਡੈਵਰ ਹੈ ਜੀ। ਹਾਂ, ਇਹ ਮਾਡਲ ਬਾਈ ਚਿੱਟਾ ਚੋਟਾ ਹੀ ਆ ਬਾਈ, 16 ਮਾਡਲ ਹੈ ਜੀ, 3.2 ਹੈ, ਗੁੱਡ ਕੰਡੀਸ਼ਨ ਦੀ ਕਾਰ ਹੈ ਜੀ, ਕਾਰ ਆਟੋਮੈਟਿਕ 4x4 ਹੈ ਤੇ 22 ਲੱਖ ਦੀ ਰੇਂਜ ਦੇ ਵਿੱਚ ਕਾਰ ਹੈ ਜੀ। ਲਓ ਬਈ ਪੂਰਾ ਪ੍ਰਭਾਵ ਹੀ ਆ ਬਾਈ, ਹੈ ਨਾ, ਜੇ ਕਿਸੇ ਖਾਤੇ 'ਚ ਹੈਗੇ ਨੇ ਇੰਨੇ ਕੁ ਪੈਸੇ ਬਾਈ, ਆਹਲੀ ਕਾਰ ਤੁਸੀਂ ਲੈ ਕੇ ਜਾ ਸਕਦੇ ਹੋ, ਚਾਹੇ ਡਾਊਨ ਪੇਮੈਂਟ ਵੀ ਹੈ ਵੀਰੇ, ਉਹਦੇ ਨਾਲ ਵੀ ਸਾਰ ਦੇਵਾਂਗੇ, ਬਾਕੀ ਤਾਂ ਕਰ ਦੇਵਾਂਗੇ ਕਾਰ ਦੇ ਉੱਪਰ। 5-7 ਲੱਖ ਰੁਪਏ ਦੇ ਕੇ ਤੁਸੀਂ ਆਹਲੀ ਕਾਰ ਲਿਜਾ ਸਕਦੇ ਹੋ ਬਈ, ਸਿਰਫ 5-7 ਲੱਖ ਰੁਪਏ 'ਚ ਐਂਡੈਵਰ ਐਂਡੈਵਰ, ਬਾਕੀ ਲੋਨ ਹੋ ਜੂ ਬਾਈ। ਬਰੀਜ਼ਾ ਵੀਰੇ 2021 ਮਾਡਲ ਹੈ, ZX ਆਈ ਹੈ, 29,000 ਕਿਲੋਮੀਟਰ ਚੱਲੀ ਹੈ। ਠੀਕ ਹੈ, ZX ਆਈ ਟੌਪ ਮਾਡਲ ਕਾਰ, ਪੈਟਰੋਲ ਦੇ ਵਿੱਚ ਆਈ, ਅਲੋਏ ਟਾਇਰ ਐਕਸਟਰਾ ਲੱਗੇ ਹੋਏ ਨੇ ਕਾਰ। ਰੇਟ ਸੀਗਾ ਇਹਦਾ 8 ਲੱਖ ਰੁਪਈਆ ਜੀ। 8 ਲੱਖ ਰੁਪਈਆ ਬਾਈ, ਅਤੇ ਅਗਲੀ ਥਾਰ ਦੇਵਾਂਗੇ ਬਾਈ ਆਪਾਂ? ਹਾਂਜੀ, ਥਾਰ ਮੇਰੇ ਕਸਟਮਰ ਭਾਈ ਵੇਚਣ ਹੀ ਆਇਆ ਆਪਣੇ ਕੋਲ ਭਰਾ ਮਾਰਾ। ਠੀਕ ਆ ਬਾਈ, ਇਹ ਕਿੰਨਾ ਮਾਡਲ ਆ ਬਾਈ? ਇਹ 2021 ਮਾਡਲ ਕਾਰ ਹੈ ਜੀ, ਗੁੱਡ ਕੰਡੀਸ਼ਨ ਦੀ ਕਾਰ ਹੈ, 4x4 ਆਟੋਮੈਟਿਕ ਡੀਜ਼ਲ ਦੀ। ਠੀਕ ਆ ਬਾਈ, ਲੈ ਵੀ ਡੀਜ਼ਲ ਦੀ ਕਾਰ ਹੈ। ਹਾਂਜੀ, ਤੇ ਜੇ ਕਿਸੇ ਨੇ ਆਹ ਵਾਲੀ ਕਾਰ ਲੈਣੀ ਹੈ ਤਾਂ ਆਹ ਵਾਲੀ ਕਾਰ ਤੁਸੀਂ ਬਾਏ ਕਰ ਸਕਦੇ ਹੋ ਨਾ? ਹਾਂ ਬਿਲਕੁਲ ਜੀ ਵੀਰੇ, ਆਹ ਕੋਈ ਦੇਖ ਸਕਦਾ ਵੀਰੇ ਕਾਰ। ਉਹ ਤੋਂ ਬਾਅਦ ਆ ਗਈ ਸਵਿਫਟ 2015 ਮਾਡਲ ਹੈ। ਠੀਕ ਹੈ, ਤੇ ਚੰਡੀਗੜ੍ਹ ਨੰਬਰ ਹੈ ਜੀ, ਡੀਜ਼ਲ ਕਾਰ ਹੈ। 4.25 ਲੱਖ ਰੁਪਏ ਕਹਿ ਰਿਹਾ, ਬਾਕੀ ਵੀਰੇ ਨੈਗੋਸ਼ੀਏਬਲ ਪ੍ਰਾਈਸ ਹੈ, ਹੁਣ ਟੇਬਲ ਮੌਕੇ ਤੇ ਕਰ ਲਵਾਂਗੇ। ਲਓ ਇੱਕ ਵਾਰ ਫਰੰਟ ਦਿਖਾ ਦਿਓ ਬਈ ਕਾਰ ਦਾ, ਨਾ ਚੈੱਕ ਕਰ ਲਓ, ਫਰੰਟ ਦੀ ਕਾਰ ਬਹੁਤ ਸੋਹਣੀ ਹੈ। ਤੇ ਬਈ ਇਹਦਾ ਰੇਟ ਕਿੰਨਾ ਸੀ? 4.25 ਲੱਖ ਰੁਪਇਆ। 4.25 ਲੱਖ ਰੁਪਇਆ, ਠੀਕ ਹੈ। ਤੇ ਅਗਲੀ ਆ ਗਈ ਜਿਪਸੀ ਬਈ, ਪਹਾੜਾਂ ਦੀ ਰਾਣੀ, 2005 ਮਾਡਲ ਕਾਰ ਹੈ ਜੀ, 35 ਤੱਕ ਪਾਸ ਹੈ। ਹਾਂ ਹਾਂ, ਤੇ 4x4 ਹੈ, AC ਹੈ, ਨਵੇਂ ਟਾਇਰ ਨੇ ਕਾਰ ਦੇ। ਰੇਟ 4,80,000 ਰੁਪਏ ਕਹਿੰਦਾ ਵੀਰੇ, ਇਹ ਵੀ ਕਾਰ ਕਸਟਮਰ ਦੀ ਹੋ ਹੈ, ਇਹਦੇ ਬਾਰੇ ਸਾਨੂੰ ਵੀ ਐਡਾ ਰੇਟ ਦਾ ਕੋਈ ਆਈਡੀਆ ਨਹੀਂ ਹੈ। ਠੀਕ ਹੈ, ਲਓ ਬਈ, ਹੈ ਨਾ, ਕਸਟਮਰ ਦੀ ਕਾਰ ਆ ਬਾਈ, ਮੌਕੇ ਤੇ ਮਾਨਤਾਨ ਹੋਜੂ, ਬਾਕੀ ਜਿਹੜੇ ਹਿਮਾਚਲ ਵਾਲੇ ਭਰਾ ਨੇ ਉਹਨਾਂ ਲਈ ਤਾਂ ਤੋਹਫਾ ਹੀ ਆ ਬਾਈ। ਬਿਲਕੁਲ ਜੀ ਬਿਲਕੁਲ, ਹਣਾ ਉਹਨਾਂ ਨੂੰ ਵੱਧ ਘੱਟ ਦਾ ਕੋਈ ਇੱਡਾ ਉਹ ਨਹੀਂ ਹੁੰਦਾ, ਕਿਉਂਕਿ ਉੱਥੇ ਬਹੁਤ ਘੱਟ ਮਿਲਦੀਆਂ ਨੇ। ਹਾਂ ਬਿਲਕੁਲ ਜੀ ਬਿਲਕੁਲ, ਆਹ ਦਿਖਾ ਦਈਏ ਆਪਾਂ, ਇੱਧਰ ਦੀ ਮਖਾਈ ਦੋ ਤਿੰਨ ਦਿਖਾ। ਚਲੋ ਆਹ ਵੀ ਦਿਖਾ ਦਈਏ ਆਪਾਂ, ਆਹ ਇਨੋਵਾ 2016 ਮਾਡਲ ਹੈ ਜੀ, ਆਟੋਮੈਟਿਕ ਹੈ, ਗੁੱਡ ਕੰਡੀਸ਼ਨ ਦੀ ਕਾਰ ਹੈ ਜੀ, 13 ਲੱਖ ਰੁਪਏ ਦੇ ਆਸ ਪਾਸ ਹੈ, ਬਾਕੀ ਨੈਗੋਸ਼ੀਏਬਲ ਪ੍ਰਾਈਸ ਨੇ ਕਰ ਲਵਾਂਗੇ। ਠੀਕ ਹੈ ਬਾਈ, ਅਤੇ ਬਾਈ ਚੈੱਕ ਕਰ ਲਓ, ਆਟੋਮੈਟਿਕ ਕਾਰ ਹੈ, ਜੇ ਕਿਸੇ ਨੇ ਕਾਰ ਆਹ ਲੈਣੀ ਹੈ ਤਾਂ ਆਹ ਵਾਲੀ ਕਾਰ ਤੁਸੀਂ ਲਿਜਾ ਸਕਦੇ ਹੋ, ਬਹੁਤ ਸੋਹਣੀ ਕਾਰ ਆ ਬਾਈ, ਸ਼ੇਪ ਬੜੀ ਘੈਂਟ ਬਣਾਈ ਹੁੰਦੀ ਗੁੱਡ ਮੇਰੇ ਗੁੱਡ, ਅੰਦਰੋਂ ਬਾਹਰੋਂ ਕਈ ਕਾਰਾਂ ਐਸੀਆਂ ਹੁੰਦੀਆਂ ਨਾ ਜਿਹਦੀ ਬਾਹਰੋਂ ਸ਼ੇਪ ਸੋਹਣੀ ਹੁੰਦੀ ਹੈ, ਅੰਦਰੋਂ ਨਹੀਂ ਵਧੀਆ ਹੁੰਦੀ, ਇਹ ਐਸੀ ਕਾਰ ਹੈ ਜਿਹੜੀ ਅੰਦਰੋਂ ਵੀ ਸੋਹਣੀ ਹੈ ਅਤੇ ਬਾਹਰੋਂ ਵੀ ਸੋਹਣੀ ਹੈ ਬਾਈ। ਬਿਲਕੁਲ ਜੀ, ਹੈ ਨਾ, ਅਤੇ ਆਹ ਵਾਲੀ ਸਵਿਫਟ ਆ ਗਈ ਵੀਰੇ, ਸਵਿਫਟ ਆ ਗਈ ਵੀਰੇ, ਪੈਟਰੋਲ 2022 ਮਾਡਲ ਕਾਰ ਹੈ। ਹਾਂਜੀ, 27-28,000 ਕਿਲੋਮੀਟਰ ਚੱਲੀ ਹੈ, ਗੁੱਡ ਕੰਡੀਸ਼ਨ ਕਾਰ ਹੈ, 6,25,000 ਦੀ ਰੇਂਜ ਦੇ ਵਿੱਚ। 1,00,000 ਰੁਪਈਆ ਦੇ ਕੇ ਕਰ ਦੇ ਦੋਗੇ? ਕਰ ਦੇਵਾਂਗੇ ਲੋਨ, ਬਾਕੀ ਲੈ ਵੀ ਮੇਰੇ ਤੋਂ 1,00,000 ਰੁਪਈਆ ਲਿਆਓ,
ਤੇ ਆਹਲੀ ਕਾਰ ਤੁਸੀਂ ਲਿਜਾ ਸਕਦੇ ਹੋ, ਬਾਕੀ ਸਾਰਾ ਲੋਨ ਹੋ ਜੂ ਤੇ ਤੁਹਾਡਾ ਸਿਬਲ ਵਧੀਆ ਹੋਣਾ ਚਾਹੀਦਾ। ਬਿਲਕੁਲ ਜੀ, ਠੀਕ ਆ ਬਾਈ। ਇੱਕ ਇਨੋਵਾ ਹੋਰ ਆ ਗਈ ਬਾਈ ਆਪਣੇ ਲਈ, ਇਹ ਮਾਡਲ ਇਹ 18 ਰਜਿਸਟਰਡ 2019 ਹੈ ਵੀਰੇ, ਮੋਹਾਲੀ ਨੰਬਰ ਦੀ ਕਾਰ ਹੈ, 60,000 ਕਿਲੋਮੀਟਰ ਚੱਲੀ ਹੈ, ਗੁੱਡ ਕੰਡੀਸ਼ਨ ਹੈ ਵੀਰੇ। ਓਕੇ, 16.5 ਲੱਖ ਰੁਪਏ ਦੀ ਰੇਂਜ ਦੇ ਵਿੱਚ। 16.5, ਇਹ ਵੀ ਆਟੋਮੈਟਿਕ ਹੈ? ਆਟੋਮੈਟਿਕ ਹੈ। ਵਰਨਾ ਆ ਗਈ ਆਪਣੇ ਲਈ? ਵਰਨਾ ਹੈ ਜੀ 2012 ਮਾਡਲ, ਹੋਏ ਟਾਇਰ ਐਕਸਟਰਾ ਪਏ ਹੋਏ ਆ, ਗੁੱਡ ਕੰਡੀਸ਼ਨ ਹੈ, SX ਵੈਰੀਐਂਟ ਹੈ, ਡਬਲ 에ਅਰ ਬੈਗ ਵਾਲਾ। ਠੀਕ ਹੈ ਵੀਰੇ, ਤੇ 3,90,000 ਦੀ ਰੇਂਜ ਦੇ ਵਿੱਚ ਕਾਰ ਬਹੁਤ ਸੋਹਣੀ ਹੈ ਬਾਈ। ਜੇ ਕਿਸੇ ਨੇ ਇਹ ਲਈ ਕਾਰ ਲੈਣੀ, ਇਹ ਵੀ ਕਾਰ ਲਿਜਾ ਸਕਦੇ ਹੋ, ਲੋਨ ਇਹਦੇ ਵੀ ਹੋ ਜੂਗਾ। ਬਿਲਕੁਲ ਜੀ ਬਿਲਕੁਲ, ਆ ਤਾਂ ਨਹੀਂ ਕਰੇਗੀ ਆਪਣੀ ਵੀਰੇ? I20 ਹੈ, 2019 ਮਾਡਲ ਹੈ, ਪੈਟਰੋਲ ਹੈ, ਹਾਂ ਹਾਂ, ਗੁੱਡ ਕੰਡੀਸ਼ਨ ਕਾਰ ਹੈ ਵੀਰੇ, 5.5 ਲੱਖ ਰੁਪਏ ਦੀ ਰੇਂਜ ਦੇ। 19 ਮਾਡਲ ਮੋਹਾਲੀ ਨੰਬਰ ਕਾਰ ਹੈ ਵੀਰੇ। ਠੀਕ ਹੈ, 19 ਮਾਡਲ ਕਾਰ ਹੈ ਬਾਈ, ਤੇ ਜੇ ਕਿਸੇ ਨੇ ਇਹ ਲਈ ਕਾਰ ਲੈਣੀ ਹੈ, ਆਹ ਵਾਲੀ ਕਾਰ ਵੀ ਤੁਸੀਂ ਲਿਜਾ ਸਕਦੇ ਹੋ ਬਾਈ, ਹੈ ਨਾ। ਇਹ ਮਾਡਲ 2012 ਮਾਡਲ ਕਾਰ ਹੈ ਜੀ, 2,90,000 ਦੀ ਡੀਜ਼ਲ ਹੈ, ETOS ਲੀਵਾ ਪੰਜਾਬ ਨੰਬਰ ਦੀ। ਲਓ ਜੀ ਬਾਈ, ਠੀਕ ਹੈ, ਤੇ ਤੁਹਾਨੂੰ ਦੋ ਕਾਰਾਂ ਰਹਿ ਗਈਆਂ, ਆਪਾਂ ਦੋ ਕਾਰਾਂ ਦਿਖਾ ਦਈਏ। ਡਿਜ਼ਾਇਰ ਤੁਹਾਡੀ? ਬਿਲਕੁਲ, ਡਿਜ਼ਾਇਰ ਆ ਗਈ ਵੀਰੇ। ਇਹ ਮਾਡਲ 2012 ਹੈ ਜੀ ਕਾਰ, ਡੀਜ਼ਲ ਵੈਰੀਐਂਟ ਹੈ, ਚੰਡੀਗੜ੍ਹ ਨੰਬਰ ਹੈ, 2,25,000 ਦੀ ਰੇਂਜ ਦੇ ਵਿੱਚ ਕਾਰ ਹੈ ਜੀ। 2,25,000 ਦੀ ਆਹ ਲਾਸਟ। ਇਹ ਓਡੀ A4 ਹੈ ਵੀਰੇ, ਵੀਰੇ ਨਵੀਂ ਸ਼ੇਪ ਦੀ ਕਾਰ ਹੈ, ਇਹ ਦੋ ਕੰਮ ਕਰਦੀ ਹੈ ਵੀਰੇ, ਚਾਹੇ ਤਾਂ ਤੁਸੀਂ ਸ਼ੌਂਕ ਲਈ ਹੋ, ਚਾਹੇ ਕਾਰ ਦੇ ਨਾਲ ਕਰੋ ਕੋਈ ਕੰਮ ਕਾਰ ਜਿਵੇਂ ਕਿ ਵੇਡਿੰਗ ਕਾਰ ਦਾ ਕੰਮ। ਰੇਟ 7,25,000 ਦੀ ਰੇਂਜ ਦੇ ਵਿੱਚ ਕਾਰ ਹੈ ਵੀਰੇ, ਚੰਡੀਗੜ੍ਹ ਨੰਬਰ, ਵਾਈਟ ਗੁੱਡ ਕੰਡੀਸ਼ਨ ਦੀ ਕਾਰ, 7,25,000 ਦੀ। ਲਓ ਬਾਈ, ਨੰਬਰ ਸਕਰੀਨ 'ਤੇ ਪਾ ਤੇ ਕਾਲ ਕਰ ਲਿਓ ਬਾਈ, ਜੇ ਕਿਸੇ ਨੇ ਕੋਈ ਕਾਰ ਲੈਣੀ ਹੈ, ਲੋਨ ਵੀ ਹੋਜੂ, ਹੋਰ ਕਾਰਾਂ ਵੀ ਬਹੁਤ ਨੇ ਨਾ ਬਾਈ, ਅਤੇ ਬਾਕੀ ਆਉਂਦੀਆਂ ਰਹਿਣੀਆਂ ਵੀਡੀਓ ਗੱਲ ਕਰਨੀ ਬਾਈ। ਹਾਂ ਬਿਲਕੁਲ ਵੀਰੇ, ਜਿਹੜੀਆਂ ਵੀ ਤੁਹਾਨੂੰ ਆਪਾਂ ਕਾਰਾਂ ਕਾਊਂਟਰ ਤੇ ਦਿਖਾ ਰਹੇ ਹਾਂ, ਹਰੇਕ ਕਾਰ ਦੀ ਵੀਰੇ ਐਕਸੀਡੈਂਟ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੋਏਗੀ। ਕਾਰ ਦਾ ਵੀਰੇ ਕੋਈ ਇੱਕ ਅੱਧਾ ਪੀਸ ਪੇਂਟ ਜ਼ਰੂਰ ਹੋ ਸਕਦਾ, ਇਸ ਦੇ ਨਾਲ ਵੀਰੇ ਕੋਈ ਤੁਹਾਡੇ ਘਰੇ ਲੋਨ ਦਾ ਆਪਣਾ ਕੰਮ ਹੁੰਦਾ ਸਾਈਡ 'ਤੇ ਵੀਰੇ, ਤੁਹਾਡੇ ਘਰੇ ਕੋਈ ਕਾਰ ਖੜੀ ਹੈ, ਤੁਸੀਂ ਉਹਦੇ 10 ਕਿਸ਼ਤਾਂ ਪੇ ਕਰ ਚੁੱਕੇ ਹੋ, ਸਾਨੂੰ ਆਧਾਰ ਕਾਰਡ, ਪੈਨ ਕਾਰਡ ਅਤੇ ਗੱਡੀ ਦੀ ਭੇਜੋ RC, ਅਸੀਂ 2 ਦਿਨਾਂ ਦੇ ਵਿੱਚ ਤੁਹਾਡੇ ਘਰ 'ਤੇ 'ਚ ਪਾ ਦੇਵਾਂਗੇ ਪੇਮੈਂਟ। ਜੇ ਕਿਸੇ ਨੇ ਉਹ 'ਤੇ ਵੀ ਲੋਨ ਕਰਾਉਣਾ? ਹਾਂਜੀ, ਕਾਲ ਕਰ ਲਿਓ, ਨੰਬਰ ਸਕਰੀਨ 'ਤੇ ਨਾ ਬਾਈ। ਸਤਿ ਸ਼੍ਰੀ ਅਕਾਲ।